ਅੱਗੇ ਖਬਰ ਆ ਰਹੀ ਹੈ ਜੀ, ਕਾਲੇ ਸਾਗਰ ਵਿਚ ਰੂਸ ਦਾ ਜੰਗੀ ਵਿਹੜਾ ਡੁੱਬਿਆ। ਚਲੋ ਕਿਸੇ ਵਾਸਤੇ ਨਹੀਂ, ਖੁਸ਼ ਹੋਣ ਦੀ ਲੋੜ ਨਹੀਂ। ਰੂਸ ਵੱਲੋਂ ਕੀਵ ਦੇ ਨੇੜਲੇ ਇਲਾਕਿਆਂ ਚ ਹਮਲੇ ਤੇਜ਼ ਕਰਨ ਦਾ ਵਾਅਦਾ, ਭਾਈ ਇਹਨਾਂ ਦਾ ਅੰਦਰੂਨੀ ਮਾਮਲਾ ਆਪਾਂ ਕੱਖ ਨਹੀਂ ਕਹਿਣਾ। ਮੋਦੀ ਕਿਹੜਾ ਘਾਟ ਕਰਦਾ ਪਿਆ, ਕਿਉਂ ਰੂਸ ਦੀ ਨਿੰਦਿਆ ਕਰੀਏ? ਰੂਸ ਨੇ ਯੂਕਰੇਨ ਤੇ ਮੁਖੀ ਲਾਂਘਾ ਨਾ ਖੋਲਣ ਦੇ ਦੋਸ਼ ਲਾਏ। ਭਾਈ ਇਹ ਵੀ ਤੁਹਾਡਾ ਅੰਦਰੂਨੀ ਮਾਮਲਾ, ਅਸੀਂ ਕੁਛ ਨਹੀਂ ਕਹਿਣਾ। ਆਪਸ ਨਿਸ਼ਚੋ, ਹਾਂਜੀ ਲੋੜ ਪਏ ਤਾਂ ਮੈਂ ਆ ਜਾਵਾਂ ਤੁਹਾਨੂੰ ਦੋਵਾਂ ਨੂੰ ਸਮਝਾਉਣ, ਐਨ ਸ਼ਾਂਤੀ ਕਰ ਦਿਆਂਗੇ। ਔਰ ਨੋਟ ਬਾਈ ਮੈਂ ਜਿਤਨਾ ਜਿਤਨਾ ਜੀ, ਔਰ ਮੈਂ ਇੱਕ ਦਿਨ ਬਣਨਾ ਆਪਣਾ ਉਹ ਜਿਹੜਾ ਸੰਯੁਕਤ ਰਾਸ਼ਟਰ ਦਾ ਚੀਫ। ਜੈ ਸ਼ੰਕਰ ਨੇ ਗੁਟੇਰੇਜ਼ ਨਾਲ ਯੂਕਰੇਨ ਸਮੇਤ ਦੌਰ ਦੇ ਵਿਚਾਰੇ, ਸੰਯੁਕਤ ਰਾਸ਼ਟਰ ਮੁਖੀ ਨੇ ਪਾਰਗਾਂ ਦੀ ਇੱਛਾ ਬਿਤਾਈ। ਗੁਟੇਰੇਜ਼ ਵੀ ਮੂਰਖ ਤੇ ਤੁਹਾਡਾ ਜੈ ਸ਼ੰਕਰ ਵੀ ਮੂਰਖ, ਕਿ ਮੂਰਖ ਕੋ ਮੂਰਖ ਮਿਲੇ ਕਰ ਕਰ ਲੰਬੇ ਹੱਥ। ਪਾਕਿਸਤਾਨ ਦੀ ਨਵੀਂ ਸਰਕਾਰ ਨਾਲ ਕੰਮ ਕਰਨੀ ਉਤਸ਼ਾਹਤ ਅਮਰੀਕਾ, ਇਹਨਾਂ ਚਾਲਾਂ ਚੱਲਣੀਆਂ ਨੇ। ਜਿੱਧਰੋਂ ਫਾਇਦਾ ਹੁੰਦਾ ਕਿਹਦਾ ਨੁਕਸਾਨ ਕਰਨਾ, ਇਹ ਬੰਦਾ ਅਮਰੀਕਾ ਬੜਾ ਮੂਰਖ ਕੰਟਰੀ ਹੈ। ਮੌਜੂਦਾ ਕਸ਼ਮੀਰ ਦੇ ਪ੍ਰਧਾਨ ਮੰਤਰੀ ਦਾ ਅਸਤੀਫਾ, ਚਲੋ ਮੈਂ ਕੀ ਲੈਣਾ। ਨਵਾਜ਼ ਨੂੰ ਪਾਸਪੋਰਟ ਜਾਰੀ ਹੋਣ ਖਿਲਾਫ ਪਟੀਸ਼ਨ ਕਰੀ, ਚਲੋ ਮੇਰੇ ਬਚਪਨ ਦੇ ਹੀਰੋ ਸਨ ਸ਼ੇਨ ਵਾਰਨ ਕੋਹਲੀ, ਚਲੋ ਅੱਛੀ ਗੱਲ ਹੈ। ਜੋ ਰੂਟ ਦੀ ਇੰਗਲੈਂਡ ਟੈਸਟ ਟੀਮ ਦੀ ਕਪਤਾਨੀ ਛੱਡੀ, ਚਲੋ ਮੈਂ ਕੀ ਲੈਣਾ। ਮੈਨੂੰ ਟੂਰਨਾਮੈਂਟ 'ਚੋਂ ਬਾਹਰ ਆ ਕੇ ਖੁਸ਼ ਹੈ ਬੈਡਮਿੰਟਨ ਐਸੋਸੀਏਸ਼ਨ ਚਾਈਨਾ। ਚਾਈਨਾ ਕਿੱਦਾਂ ਰਿਆਇਜ਼ ਹੋਈਏ, ਜਾਂ ਤੁਹਾਨੂੰ ਬਾਹਰ ਕੀਤਾ ਮੇਰੇ ਕੋਟ ਖਾਣਗੇ ਆ ਜਾਣ ਮੇਰੇ ਸਾਹਮਣੇ ਜਰਾ। ਯਰੂਸ਼ਲਮ ਦੀ ਅਲ ਅਕਸਾ ਮਸਜਿਦ ਵਿੱਚ ਪੁਲਿਸ ਨਾਲ ਝੜਪ 'ਚ 150 ਤੋਂ ਵੱਧ ਫਲਸਤੀਨੀ ਜ਼ਖਮੀ। ਦੇਖ ਲਓ ਸਾਰੇ ਸੰਸਾਰ 'ਚ ਹਾਕਾਰ ਮਜੀ, ਕਿਉਂਕਿ ਲੋਕ ਗੁਰਬਾਣੀ, ਸਿੱਖ ਇਤਿਹਾਸ, ਸਿਆਸੀ ਉਹਨਾਂ ਨਾਲ ਰੁੜ ਚੁੱਕੇ ਨੇ। ਸ਼ੇਨੇਗਨ ਵੀਜ਼ੇ ਤੋਂ ਬਿਨਾਂ EU ਏਅਰਲਾਈਨ 'ਚ UK ਨਹੀਂ ਜਾ ਸਕਦੇ ਭਾਰਤੀ, ਚਲੋ ਕਾਨੂੰਨ ਕਾਨੂੰਨ ਹੀ ਹੈ। ਯਮਨ ਦੀ ਜੇਲ੍ਹ 'ਚੋਂ ਅਲਕਾਇਦਾ ਦੇ 10 ਅੱਤਵਾਦੀ ਫਰਾਰ, ਅਤੇ ਚਲੋ ਜੋ ਹੁੰਦਾ ਹੋਈ, ਚਲੋ ਮੈਂ ਕੀ ਲੈਣਾ। ਹੁਣ ਟੁੱਟੋ ਬਾਣੀ ਨਾਲ ਹੋਰ ਫਿਰ ਆਪਣਾ ਕਿਤਾਬ ਪਾਓ ਸਾਰੇ। ਨਵਾਬ ਅੱਗੇ ਖਬਰ ਆਉਂਦੀ ਹੈ ਆਪਣਾ ਅੱਤਵਾਦੀ ਹਮਲੇ ਵਿੱਚ 8 ਪਾਕਿਸਤਾਨੀ ਫੌਜੀ ਹਲਾਕ, ਅਤੇ ਅੱਤਵਾਦੀ ਕੌਣ ਬਣਾਉਂਦਾ? ਸਰਕਾਰਾਂ ਨੂੰ ਹਲਾਕ ਕਰਨਾ ਚਾਹੀਦਾ, ਨਾ ਕਿ ਅੱਤਵਾਦੀਆਂ ਨੂੰ।